ਸਮੇਂ ਮੀਆਂ ਮੁਸਤਫਾ ਸਾਹਿਬ ਫਰਮਾਉਂਦੇ ਨੇ ਕਿ ਭਰਾ ਭੈਣ ਭਰਾ ਅਤੇ ਵਾਲਦੈਨ ਦੀ ਕੀ ਵੰਡ ਹੈ ਜ਼ਰਾ ਭਾਈ ਭਾਈਆਂ ਦੇ ਦੁਸ਼ਮਣ ਹੁੰਦੇ ਅਰੇ ਬਹੁਤ ਸਾਰੀ ਜਾਇਦਾਦ ਹੈ ਤੇ ਸਾਰਿਆਂ ਦਾ ਦਿਲ ਹੋਵੇਗਾ ਇੱਕ ਵਗੈ ਕਦੀ ਮਰਜੇ ਨਾ ਕਹਿ ਜੇ ਹਿੱਸੇ ਦਾ ਮੈਨੂੰ ਲੱਗਦੇ ਦੂਜਾ ਕਹਿੰਦਾ ਹੈ ਕਦੀ ਮਰਜੇ ਨਾ ਤੇ ਇਹਦਾ ਹਿੱਸਾ ਮੈਨੂੰ ਮਿਲ ਗਿਆ ਇਹ ਬੜਾ ਕਮਰਸ਼ਲ ਹੋ ਗਿਆ ਇਹਦਾ ਇਲਾਕਾ ਕਿ ਬਹੁਤ ਮਹਿੰਗੀ ਜਗ੍ਹਾ ਹੈ ਜੀ ਇਹ ਮੈਨੂੰ ਮਿਲਣੀ ਚਾਹੀਦੀ ਲੇਕਿਨ ਕੋਈ ਭਾਈ ਜਿਹੜੇ ਨੇ ਖੈਰ ਖਾ ਵੀ ਹੁੰਦੇ ਨੇ ਇਹ ਦੋਵਾਂ ਦੀ ਗੱਲ ਸਰਕਾਰ ਫਰਮਾ ਰਹੇ ਨੇ ਭਾਈ ਭਾਈਆਂ ਦੇ ਦੁਸ਼ਮਣ ਹੋ ਤੇ ਭਾਈ ਭਾਈਆਂ ਦੀਆਂ ਬਾਹਾਂ ਓਏ ਬਾਬਲ ਸਿਰ ਦੇ ਸਾਹਿਬ ਹੋਣੇ ਤੇ ਬਾਹਾਂ ਠੰਡੀਆਂ ਛਾਵਾਂ ਮਗਰ ਹੁੰਦਾ ਇਸ ਤਰ੍ਹਾਂ ਕਿ ਜਿਹੜਾ ਅੱਛਾ ਇਨਸਾਨ ਨੇ ਉਹ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਤੇ ਜਿਹੜਾ ਬੁਰਾ ਹੈ ਬੁਰਾਤੇ ਖੁਦ ਨੇਚਰ ਵਾਈਜ਼ ਉਹ ਅੱਛਾ ਨਹੀਂ ਹੈ ਉਹ ਹਰ ਇੱਕ ਨੂੰ ਉਹ ਹਰ ਬੰਦਾ ਉਹਨੂੰ ਬੁਰਾ ਹੀ ਲੱਗੇਗਾ ਚੰਗਾ ਵੀ ਉਹਨੂੰ ਬੁਰਾ ਹੀ ਲੱਗਾ ਉਹ ਕਿਸੇ ਤੇ ਇਤਬਾਰ ਹੀ ਨਹੀਂ ਕਰੇਗਾ ਉਹ ਬੰਦਾ ਤੇ ਉਸ ਬਾਰੇ ਮੀਆਂ ਸਾਹਿਬ ਫਰਮਾਉਂਦੇ ਨੇ ਕਿਉਂਕਿ ਇਨਸਾਨ ਇਨਸਾਨ ਦਾ ਆਇਨਾ ਹੁੰਦਾ ਹੈ ਸੱਚਾ ਹੁੰਦਾ ਹੈ ਤੇ ਉਹਨੂੰ ਕੁੱਤੇ ਨਾਲ ਮਿਸਾਲ ਕੀ ਦੇ ਦਿੱਤੀ ਹੈ ਸਰਕਾਰ ਨੇ ਸ਼ਾਮ ਦੇ ਦਿਨ ਸ਼ਾਮ ਦੇ ਦੇਖ
ਹਰ ਜਾਵੇ ਮੈਂ ਕਰਨਾ ਜਿਹੜੀ ਆਪਣੀ ਖਾਸ ਗੱਲ ਹੋਵੇ ਆਪਣੀ ਕਿਸੇ ਗੈਰ ਬੰਦੇ ਦੇ ਨਹੀਂ ਕਰਨੀ ਚਾਹੀਦੀ ਹੈ। ਹਜ਼ਰਤ ਕਬੀਰ ਸਿੰਘ ਮਾਤੇ ਨੇ ਆਪਣਾ ਰਾਜ ਆਪਣੇ ਦੋਸਤ ਕੋ ਵੀ ਨਾ ਬਤਾਓ ਕਿਉਂਕਿ ਉਸਕੇ ਵੀ ਆਗੇ ਕਈ ਦੋਸਤ ਹੋਤੇ। ਮੀਆਂ ਸਾਹਿਬ ਫਰਮਾਉਂਦੇ ਨੇ ਕਿ ਜਿਹੜੀ ਗੱਲ ਖਾਸ ਹੋਵੇ ਉਹ ਆਪਣੇ ਚ ਰੱਖਿਆ ਕਰੋ। ਉਹਦੀ ਮਿਸਾਲ ਕਿਵੇਂ ਫਰਮਾਉਂਦੇ ਨੇ ਆਸਾਨੀ ਗੱਲਿਆਂ ਮਾਇਆ ਕੇ ਨਹੀਂ ਮੁਨਾਸਬ ਮਿੱਠੀ ਖੀਰ ਪਕਾ ਕੁੱਤਿਆਂ ਗੇ